ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਐਜੂਕੇਸ਼ਨਲ ਪੋਲਿਸੀ ਐਂਡ ਪਲੈਨਿੰਗ ਇਨ ਕੰਟੈਂਪੋਰੀ ਇੰਡੀਆ ਜੁੜਾ ਵੀ ਹੈ ਦਾ ਸਬਜੈਕਟ ਹੈ ਉਹਦੇ ਵਿੱਚ ਇੱਕ ਟੌਪਿਕ ਹੈ ਪੋਸਟ میٹرਿਕ ਸਕਾਲਰਸ਼ਿਪ ਉਹ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਪੋਸਟ میٹرਿਕ ਸਕਾਲਰਸ਼ਿਪ ਬੇਸਿਕਲੀ ਹੈ ਕਿ ਇਹਨੂੰ PMS ਸਕੀਮ ਵੀ ਕਹਿ ਦਿੰਦੇ ਨੇਗੇ it is meant to support the education of students studying at post secondary or post matriculation level matlab e unna bachcha nu support karan de layi is scheme hai jisde 10th nu cross kar suke ne us to baad agge higher studies de vich parna chahunde ne ge the students who are looking for financial support to fund their higher education from class 11 टू पोस्ट डॉक्टर लेवल कैन बी अप्लाइड फॉर पोस्ट मैट्रिक स्कॉलरशिप मतलब 11वीं तो लेके आगे कितनी मर्ज़ी हायर क्लास तक जेड़े बच्चे जिन्नां नु कोई भी फाइनेंशियल सपोर्ट चाहिंदी है पैसे दी लोड हैगी तां वो बच्चे अप्लाई कर सकदे ने स्टडी दे क्षेत्र दे विच ठीक है द गवर्नमेंट ऑफ इंडिया एंड अदर स्टेट्स गवर्नमेंट रन अ नंबर ऑफ पोस्ट मैट्रिक स्कॉलरशिप्स फॉर स्टूडेंट्स बिलोंगिंग टू एससी एसटी ओबीसी इकोनॉमिकली बैकवर्ड क्लासेस एंड मेनोरिटी कम्युनिटी ਕਹਿੰਦੇ ਤਾਂ ਇੰਡੀਆ ਦੀ ਗਵਰਨਮੈਂਟ ਪਲੱਸ ਹੋਰ ਬਹੁਤ ਸਾਰੀਆਂ ਗਵਰਨਮੈਂਟਸ ਨੇ ਜਿਹੜੀਆਂ ਬਹੁਤ ਸਾਰੀਆਂ ਪੋਸਟ میٹرਿਕ ਸਕਾਲਰਸ਼ਿਪਸ ਨੂੰ ਰਨ ਕਰ ਰਹੀਆਂ ਨੇਗੀਆਂ ਜਿਹੜੇ ਕਿਹੜੇ ਬੱਚਿਆਂ ਲਈ ਨੇਗੀਆਂ ਬੇਸਿਕਲੀ ਐਸਸੀ ਐਸਟੀ ਓਬੀਸੀ ਤੇ ਬੈਕਵਾਰਡ ਕਲਾਸਿਸ ਦੇ ਬੱਚਿਆਂ ਲਈ ਨੇਗੀਆਂ ਠੀਕ ਹੈ ਪੂਸ ਮੈਟ੍ਰਿਕਸ ਸਕਾਲਰਸ਼ਿਪ ਕੀ ਹੈ ਕਰਾਜੂ ਸੈਂਟਰਲੀ ਸਪਾਂਸਰਡ ਸਕੀਮ ਹੈ ਇੱਕ ਸੈਂਟਰ ਵੱਲੋਂ ਹੀ ਆਰਗੇਨਾਈਜ਼ ਕੀਤੀ ਗਈ ਸੀ ਤੇ ਸਟੇਟ ਗਵਰਨਮੈਂਟ ਤੇ ਵੀ ਲਾਗੂ ਹੁੰਦੀ ਹੈ ਤੇ ਯੂਟੀ ਐਡਮਿਨਿਸਟ੍ਰੇਸ਼ਨ ਤੇ ਵੀ ਲਾਗੀ ਹੁੰਦੀ ਹੈ ਸਟੇਟ ਗਵਰਨਮੈਂਟਸ ਦੇ ਵਿੱਚ ਪੰਜਾਬ ਹਰਿਆਣਾ ਸਾਰੇ ਆ ਗਿਆ ਯੂਟੀ ਦੇ ਵਿੱਚ ਜਿਵੇਂ ਚੰਡੀਗੜ ਆ ਗਿਆ ਅੰਡੇਮਾਨੀ ਕੋਬਰ ਆ ਗਿਆ ਲਾਈਕ ਦੈਟ ਠੀਕ ਹੈ ਇਹਦਾ ਆਬਜੈਕਟਿਵ ਕੀ ਹੈ ਇਜ਼ ਟੂ ਅਵਾਰਡ ਸਕਾਲਰਸ਼ਿਪ ਟੂ ਮੈਰੀਟੋਰੀਅਸ ਸਟੂਡੈਂਟਸ ਬਿਲੋਂਗਿੰਗ ਟੂ ਇਕਨੋਮਿਕਲੀ ਵੀਕਰ ਸੈਕਸ਼ਨਸ ਆਫ ਮਿਨੋਰਿਟੀ ਕਮਿਊਨਿਟੀ ਸੋ ਐਸ ਟੂ ਪ੍ਰੋਵਾਈਡ them ਬੈਟਰ ਓਪਰਚੁਨਿਟੀਆਂ ਫਾਰ ਹਾਇਰ ਐਜੂਕੇਸ਼ਨ ਮਤਲਬ ਉਹ ਬੱਚਿਆਂ ਨੂੰ ਸਕਾਲਰਸ਼ਿਪ ਪ੍ਰੋਵਾਈਡ ਕਰਨੀ ਮੈਰੀਟੋਰੀਅਸ ਸਟੂਡੈਂਟਸ ਜਿਹੜੇ 10th ਤੱਕ ਬਹੁਤ ਵਧੀਆ ਨੰਬਰ ਲੈ ਕੇ ਆਏ ਨੇ ਤੇ ਅੱਗੇ ਪੜ੍ਹਨਾ ਚਾਹੁੰਦੇ ਨੇ ਬਟ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ ਬਿਲੋਂਗ ਕਰਦੇ ਨੇ ਉਹ ਕਿਸੇ ਕਰਨਾ ਕਰਕੇ ਪੂਰੀ ਫੀਸ ਜਿਹੜੀ ਉਹ ਨਹੀਂ ਭਰ ਸਕਦੇ ਤਾਂ ਉਹਨਾਂ ਨੂੰ ਵਧੀਆ oportunitys ਪ੍ਰੋਵਾਈਡ ਕਰਨੀਆਂ ਹਾਇਰ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਠੀਕ ਹੈ ਇਹਦੇ ਨਾਲ ਕੀ ਹੋਊਗਾ ਜਿਹੜਾ ਇਨਕਰੀਸ ਦਾ ਰੇਟ ਆਫ ਅਚੀਵਮੈਂਟ ਆਫ ਹਾਇਰ ਐਜੂਕੇਸ਼ਨ ਹਾਇਰ ਐਜੂਕੇਸ਼ਨ ਚ ਜ਼ਿਆਦਾ ਤੋਂ ਜ਼ਿਆਦਾ ਬੱਚੇ ਜਾਣਗੇ ਉਹਦਾ ਰੇਟ ਇਨਕਰੀਸ ਹੋਊਗਾ ਇਨਹਾਂਸ देयर এমਪਲੋਇਬਿਲਟੀ ਤੇ ਉਹ ਵੀ ਖੁਦ ਨੂੰ ਵੀ ਕੱਲ ਨੂੰ ਇੱਕ ਐਮਪਲਾਈ ਬਣ ਕੇ ਆਪਣਾ ਲਾਈਵਲੀਹੂਡ ਕੀ ਨੇ ਉਹ ਅਰਨ ਕਰ ਸਕਦੇ ਨੇਗੇ ਠੀਕ ਹੈ डिस्ट्रीब्यूशन की भी के रिलजस सैक्ट सच है सिख भी मैनोरिट चा आएं आ क्रिश्चियनस जैन बुद्धिस्ट ये भी सारे मायनोरिट के खेत चाहते हैं ये नैशनल कमिशन फॉर माइनोरिट एक्ट नाइनटीन नाइनटी टू वालों सिलैक्ट किए गए ठीक है हू आर ਆਲ एलिजिਬਲ ਤੇ एलिजिबल ਕੌਣ ਨੇ ਜਿਵੇਂ ਆਪਾਂ ਪਹਿਲਾਂ ਵੀ ਕੀਤਾ ਕਿ ਜਿਹੜੇ ਫਾਈਨੈਂਸ਼ੀਅਲੀ ਚੈਲੈਂਜਡ ਨੇਗੇ ਜਿਨ੍ਹਾਂ ਨੂੰ ਪੈਸੇ ਦੀ ਪ੍ਰੋਬਲਮ ਹੈਗੀ ਤੇ ਕਲਾਸ 11th ਤੋਂ ਲੈ ਕੇ ਅੱਗੇ ਕੋਈ ਵੀ PhD ਤੱਕ ਦੀ ਡਿਗਰੀ ਤੱਕ ਕੀ ਨੇਗੇ ਬੱਚੇ ਜਿਹੜੇ ਇਹ ਸਕਾਲਰਸ਼ਿਪ ਅਪਲਾਈ ਕਰ ਸਕਦੇ ਨੇਗੇ ਤੇ ਸਟੂਡੈਂਟਸ ਦੇ ਫਾਈਨਲ ਐਗਜ਼ਾਮਸ ਦੇ ਵਿੱਚ ਘੱਟੋ ਘੱਟ 50% ਜਿਹੜੇ ਮਾਰਕਸ ਆਏ ਹੋਣੇ ਜ਼ਰੂਰੀ ਨੇਗੇ ਤੇ ਨਾਲ ਹੀ ਉਹਨਾਂ ਦੇ ਜਿਹੜੇ ਪੇਰੈਂਟਸ ਦੀ ਐਨੂਅਲ ਇਨਕਮ ਹੈ ਉਹ 2 ਲੱਖ ਤੋਂ ਘੱਟ ਹੋਣੀ ਚਾਹੀਦੀ ਆ ਫੋਰ ਅਬੋਰਡਿੰਗ ਸਕਾਲਰਸ਼ਿਪ ਤਾਂ ਕਿ ਉਹਨਾਂ ਨੂੰ ਸਕਾਲਰਸ਼ਿਪ ਅਪਲਾਈ ਹੋ ਸਕੇ 2 ਲੱਖ ਤੋਂ ਘੱਟ ਪਰ ਈਅਰ ਹੋਊਗਾ ਪਰ ਐਨਮ ਹੋਊਗਾ ਠੀਕ ਹੈ ਹਾਊ ਟੂ ਅਪਲਾਈ ਅਪਲਾਈ ਕਿਵੇਂ ਕਰ ਸਕਦੇ ਇਹਦਾ ਇੱਕ ਪ੍ਰੋਸੀਜਰ ਹੈਗਾ ਪ੍ਰੋਪਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਇਹਨਾਂ ਦੇ ਆਪਦੇ ਪੋਰਟਲਸ ਤੇ ਵੈਬਸਾਈਟਸ ਹੈਗੀਆਂ ਨਾ ਨੀਚੇ ਜਿੰਨੀਆਂ ਵੈਬਸਾਈਟਸ ਦਿੱਤੇ ਹੋਏ ਨੇ ਤੁਸੀਂ ਲਿਖ ਸਕਦੇ ਪੇਪਰ ਦੇ ਵਿੱਚ ਨੈਸ਼ਨਲ ਸਕਾਲਰਸ਼ਿਪ ਪੋਰਟਲ UP स्कॉलरशिप पोर्टल एसजेई स्कॉलरशिप पोर्टल राजस्थान ਜਿਵੇਂ ਸਟੇਟ ਵਾਈਜ਼ ਹੈਗਾ ਮਹਾਰਾਸ਼ਟਰ ਦਾ ਮਹਾ ਡੀबीटी ਹੈਗਾ ਈ ਕਲਿਆਣ Jharkhand ਦਾ ਹੈਗਾ ਪ੍ਰੇਰਣਾ Odisha ਦਾ ਹੈਗਾ ਡਿਜੀਟਲ ਗੁਜਰਾਤ ਪੋਰਟਲ ਦਿਹਲੀ ਗਵਰਨਮੈਂਟ ਪੋਰਟਲ ਠੀਕ ਹੈ ਲਾਈਕ दैट ਉਸ ਤੋਂ ਕਿਹੜੇ ਕਿਹੜੇ ਕੋਰਸਸ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋਗੇ ਦੇ ਵਿੱਚ ਵੈਰਾਈਟੀ ਆਫ ਸਟਰੀਮਸ ਆਉਂਦੀਆਂ ਨੇ ਜਿਵੇਂ ਆਰਟਸ ਸਾਇੰਸ ਕਾਮਰਸ ਹਾਇਰ ਸਕੈਂਡਰੀ ਐਜੂਕੇਸ਼ਨ ਦੇ ਵਿੱਚ ਸਾਰੀ ਬੀਏ ਬੀਐਡ ਬੀਬੀਏ ਬੀਸੀਏ ਬੀਕਾਮ ਜਿੰਨੇ ਵੀ ਤੁਹਾਡੇ ਗ੍ਰੈਜੂਏਸ਼ਨ ਦੇ ਡਿਗਰੀਸ ਆਉਂਦੀਆਂ ਨੇ ਡਿਪਲੋਮਾ ਕੋਰਸਸ ਵੀ ਆ ਜਾਂਦੇ ਇਵਨ ਕਿ ਜੇਕਰ ਤੁਸੀਂ ਰਿਸਰਚ ਕਰਨਾ ਚਾਹੁੰਦੇ ਹੋਗੇ ਜਾਂ ਕੋਈ ਵੋਕੇਸ਼ਨਲ ਕੋਰਸ ਟੈਕਨੀਕਲ ਤੇ ਵੋਕੇਸ਼ਨਲ ਕੋਰਸ ਕਰਨਾ ਚਾਹੁੰਦੇ ਹੋ ਤੁਸੀਂ ਉੱਥੇ ਵੀ ਅਪਲਾਈ ਕਰ ਸਕਦੇ ਹੋਗੇ ਠੀਕ ਹੈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਮਿਨੋਰਿਟیز is for students of class 11 to phd belonging to minority communities the scholarship provide financial assistance matlab unon nu nijji sahayata provide kar di aegi taaki oh ki kisi bhi matlab paise di rukawat karke na oh bhi apni study na puri kar sakan te kalu employable na ban sakan theek hai renewable of scholarship for post matric te ek vi aegi ki is jehdi scholarship hai eh after one year renew vi karoni pendi aegi ਪ੍ਰੋਡਿਊਸਿੰਗ ਅ ਸਰਟੀਫਿਕੇਟ ਸਟੇਟਿੰਗ ਦੈਟ ਦ ਸਟੂਡੈਂਟ ਹੈਜ਼ ਸਕਰਡ ਮੋਰ ਦੈਨ 50% ਮਾਰਕਸ ਇਨ ਇਗਜ਼ਾਮੀਨੇਸ਼ਨਸ ਪੋਸਟ ਤੁਸੀਂ ਕਿਸੇ ਵੀ ਪਲੱਸ 1 ਦੇ ਵਿੱਚ ਤੁਸੀਂ ਸਕਾਲਰਸ਼ਿਪ ਅਪਲਾਈ ਕੀਤੀ ਹੈ ਤਾਂ ਤੁਸੀਂ ਪਲੱਸ 2 ਵਿੱਚ ਦੁਬਾਰਾ ਅਪਲਾਈ ਕਰੋਗੇ ਤੇ ਉਹ ਤੁਹਾਡੀ ਤਾਂ ਹੀ ਅਪਲਾਈ ਹੋਊਗੀ ਜੇ ਤੁਹਾਡੇ 50% ਤੋਂ ਜ਼ਿਆਦਾ ਮਾਰਕਸ ਆਏ ਹੋਣਗੇ ਠੀਕ ਹੈ ਇਸੇ ਰਾਜ ਵਿੱਚ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਈ ਹੋਊਗੀ ਜੇਕਰ ਕੋਈ ਡਾਊਟ ਹੋਏ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋਗੇ ਬਾਕੀ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਧੰਨਵਾਦ